ਜੀ ਵਾਈਫਾਈ ਐਲਸੀਡੀ ਕੈਮਰਾ ਸਭ ਕੁਝ ਸੀਸੀਟੀਵੀ ਸਭ ਕੁਝ ਚੱਲ ਰਿਹਾ ਮੇਰੇ ਰਾਂ ਕੋਲੇ ਓ ਮਾਈ ਗੋਡ ਲਗਾ ਵੀ ਆ ਦੇਖ ਲਓ ਤੁਸੀਂ ਤੇ ਵੀਰੇ ਕੀ ਮੇਰਾ ਇਹ ਸੋਚ ਸੀਗਾ ਮੈਂ ਇੱਕ ਐਡ ਵੱਖਰਾ ਮਿੰਨੀ ਰੈਸਟੋਰੈਂਟ ਟਾਈਪ ਦਾ ਇੱਕ ਰੈਡੀ ਬਣਾਵਾ ਹਾਂਜੀ ਕੀ ਹਾਲ ਚਾਲ ਵੀਰੇ ਵਧੀਆ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਕੀ ਨਾਮ ਵੀਰੇ ਤੁਹਾਡਾ ਮੇਰਾ ਨਾਮ ਵਿਸ਼ਾਲ ਆ ਤੇ ਥੈਂਕ ਯੂ ਵੀਰੇ ਤੁਸੀਂ ਟਾਈਮ ਦਿੱਤਾ ਆਪਣਾ ਹਾਂਜੀ ਹਾਂਜੀ ਥੈਂਕ ਯੂ ਤੇ ਵੀਰੇ ਕਿਵੇਂ ਕਨਸੈਪਟ ਕਿਵੇਂ ਸੋਚਿਆ ਤੁਸੀਂ ਸਾਰਾ ਬਸ ਇਹੀ ਆਪਦੇ ਹੱਥ ਦਾ ਹੁਨਰ ਆ ਆਪਦੇ ਹੱਥ ਦਾ ਹੁਨਰ ਨੂੰ ਆਪਾਂ ਕਿਉਂ ਬਹੁਤ ਸਾਲ ਨੌਕਰੀਆਂ ਕੀਤਾ ਹੁਣ ਆਪਦਾ ਹੀ ਕਰਨ ਲੱਗੇ ਹਾਂਜੀ ਠੀਕ ਹੈ ਤੇ ਕਿੰਨੇ ਸਾਲ ਹੋ ਗਏ ਵੀਰੇ ਤੁਹਾਨੂੰ ਇੱਥੇ ਇੱਥੇ ਬਦਨੀ ਹੋ ਗਿਆ ਘੱਟੋ ਘੱਟ 13 ਸਾਲ ਵੀਰੇ 13 ਸਾਲ ਹੋ ਗਏ ਹਾਂਜੀ ਤੇ ਇਹ ਅੱਡਾ ਹੀ ਪੈਂਦਾ ਹੈ ਨਾ ਪਤਾ ਹਾਂਜੀ ਅੱਡਾ ਹੀ ਮੈਂ ਪਹਿਲਾਂ ਸ਼ੁਰੂ ਇੱਥੇ ਹੀ ਕੀਤਾ ਸੀਗਾ ਹੁਣ ਤੱਕ ਇੱਥੇ ਹੀ ਆ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਤੇ ਹੁਣ ਜੇ ਤੁਸੀਂ ਵੀ ਬਦਨੀ ਸ਼ਹਿਰ ਪਿੰਡ ਚ ਆ ਰਹੇ ਹੋ ਤਾਂ ਵੀਰੇਰਾ ਕੋਲੇ ਤੁਸੀਂ ਜ਼ਰੂਰ ਪਹੁੰਚਿਓ ਯਾਰ ਇਹ ਬਦਨੀ ਦੇ ਵਿੱਚ ਹੀ ਪੈਂਦੇ ਆ ਮੇਨ ਅੱਡੇ ਦੇ ਵਿੱਚ ਮੇਨ ਅੱਡਾ ਹਾਂ ਤੇ ਜੇ ਡਿਜੀਟਲ ਦੀ ਗੱਲ ਕਰਾਂ ਨਾ ਦੇਖ ਲਓ ਜੀ ਤੁਸੀਂ ਵਾਈਫਾਈ ਐਲਸੀਡੀ ਕੈਮਰਾ ਸਭ ਕੁਝ ਸੀਸੀਟੀਵੀ ਸਭ ਕੁਝ ਚੱਲ ਰਿਹਾ ਵੀਰੇਰਾ ਕੋਲੇ ਤੇ ਬੜਾ ਵੀਰਾ ਨੇ ਵਧੀਆ ਬਣਾਇਆ ਤੇ ਵੀਰੇ ਕੀ ਕੀ ਸਪੈਸ਼ਲ ਚੱਲਦਾ ਤੁਹਾਡੇ ਕੋਲੇ ਸਪੈਸ਼ਲ ਸਾਡਾ ਚਾਪ ਆ ਸੋਇਆ ਚਾਪ ਇਹ ਤਾਂ ਮੋਮੋਸ ਵੀ ਆ ਬਰਗਰ ਤਾਂ ਹੈ ਹੀ ਸਾਡਾ ਪਹਿਲੇ ਤੋਂ ਹੀ ਅੱਛਾ ਬਰਗਰ ਪਹਿਲੇ ਦੇ ਉਸ ਤੋਂ ਬਾਅਦ ਹਾਂ ਹੁਣ ਸਾਡਾ ਹੈਗਾ ਚਾਪ ਆ अच्छा सोया चाप सोया चाप हां जी ठीक है पनीर वगैरह भी कर हां जी हां जी पनीर टिक्का प्योर पनीर रख दे ਅਸੀਂ ठीक है फ्रेश पनीर हां जी फ्रेश पनीर आ ठीक है जी ते मोमोज हां मोमोज भी ਸਾਡਾ ਇੱਕ ਨੰਬਰ ਕੁਆਲਿਟੀ ਆ अच्छा हां ਬਦਨੇ ਦੇ ਵਿੱਚ ਸਾਡਾ ਹੀ ਮੋਮੋਜ ਜ਼ਿਆਦਾ ਵਿਕਦਾ ਵਾ ਇੱਕ ਨੰਬਰ ਕੁਆਲਿਟੀ ਅਸੀਂ ਦੇਖਦੇ ਆ ਲੋਕੀ ਤੁਹਾਡਾ ਹੀ ਜ਼ਿਆਦਾ ਹਾਂ ਸਾਡੇ ਹੀ ਕਰਦੇ ਆ ਲੋਕੀ ਵੀ ਪਹਾੜਾਂ ਤੋਂ ਸਾਰੇ ਮੋਮੋਜ ਹਾਂ ਜੀ ਸਾਡੇ ਨਾਲ ਬਦਨੀ ਵਾਲਿਆਂ ਦੇ ਮੋਮੋਜ ਤੁਹਾਨੂੰ ਖਾ ਕੇ ਦੱਸਿਆ ਕਿਵੇਂ ਦੇ ਲੱਗਦੇ ਆ ਤੇ ਮੈਂ ਰਿਕਵੈਸਟ ਕਰੂੰਗਾ ਵੀਰੇ ਇੱਕ ਚਾਪ ਤੇ ਮੋਮੋਸ ਨੂੰ ਲਗਾ ਦਿਓ ਵੀਰੇ ਮੈਂ ਨਾ ਇੱਥੇ ਖੜ ਕੇ ਇੱਕ ਵਾਈਬ ਚੈੱਕ ਕਰ ਰਿਹਾ ਪੂਰੀ ਨਾ ਇੱਕ ਰੈਸਟੋਰੈਂਟ ਟਾਈਪ ਵਾਲੀ ਇੱਕ ਹੈ ਚਾਹੇ ਰੇੜੀ ਤੇ ਤੁਹਾਡੀ ਪਰ ਨਾ ਇੱਕ ਪੂਰੀ ਰੈਸਟੋਰੈਂਟ ਵਾਲੀ ਵਾਈਬ ਆ ਰਹੀ ਆ ਮੈਨੂੰ ਹਾਂਜੀ ਹਾਂਜੀ ਤੇ ਇਹ ਕਿਵੇਂ ਤੁਹਾਡੇ ਦਿਮਾਗ 'ਚ ਕਿਵੇਂ ਆ ਵੀਰੇ ਐਲਸੀਡੀ ਵਗੈਰਾ ਜਾਂ ਸਾਰਾ ਕੁਝ ਕਰਨਾ ਇਹ ਤਾਂ ਮੈਂ ਸੋਚਿਆ ਕਿ ਇੱਕ ਹੈ ਹੀ ਬਦਨੇ ਸਾਰੇ ਬਦਨੇ ਤੇ ਵੀ ਰੈਸਟੋਰੈਂਟ ਹੈਗੇ ਆ ਹਾਂਜੀ ਵੀਰੇ ਪਰ ਮੇਰਾ ਇਹ ਸੋਚ ਸੀਗਾ ਮੈਂ ਇੱਕ ਐਡ ਵੱਖਰਾ ਮਿੰਨੀ ਰੈਸਟੋਰੈਂਟ ਟਾਈਪ ਦਾ ਇੱਕ ਰੈਡੀ ਬਣਾਵਾ ਅੱਛਾ ਅੱਛਾ ਠੀਕ ਇਹ ਸਾਰੇ ਕੁਝ ਰੈਡੀ ਤੇ ਫੈਸਿਲਿਟੀ ਹੋਵੇ ਨਹੀਂ ਮੈਂ ਹੈ ਵੀ ਤੁਹਾਡਾ ਰੈਸਟੋਰੈਂਟ ਹੋਵੇ ਹਾਂਜੀ ਇੱਕ ਮਿੰਨੀ ਰੈਸਟੋਰੈਂਟ ਹੋਵੇ ਅੱਛਾ ਅੱਛਾ ਠੀਕ ਹੈ ਇਹ ਸਾਰਾ ਕੁਝ ਲੱਗਿਆ ਹੋਵੇ ਐਲਸੀਡੀ ਵਾਈਫਾਈ ਕੈਮਰਾ ਬਿਲਕੁਲ ਜੀ ਬਿਲਕੁਲ ਮੈਂ ਦੇਖ ਰਿਹਾ ਮੈਂ ਆਪਦੇ ਹਾਂਜੀ ਹਾਂਜੀ ਤੇ ਬੜਾ ਸੋਹਣਾ ਤੁਸੀਂ ਨਾ ਕਨਸੈਪਟ ਬਣਾਇਆ ਹੈ ਉੱਤੇ ਸ਼ਿਵ ਜੀ ਦੀ ਫੋਟੋ ਵਗੈਰਾ ਦੀ ਫੋਟੋ ਵਗੈਰਾ ਹੋਰ ਵੀ ਹੈਗਾ ਮੇਰਾ ਸੋਚ ਹੋਰ ਵੀ ਵਧੀਆ ਇਸ ਤੋਂ ਵਧੀਆ ਕਰਾਂ ਅੱਛਾ ਇਸ ਤੋਂ ਵੀ ਹਾਂ ਪਰ ਦੇਖੋ ਭਾਈ ਤੁਸੀਂ ਸਾਰੇ ਜਿੰਨੇ ਵੀ ਪਿਆਰ ਕਰਨ ਵਾਲੇ ਹੋ ਸਾਰੇ ਆਪਣੀ ਵੀਡੀਓ ਦੇਖਦੇ ਹੋ ਹਨਾ ਤਾਂ ਮੇਰੀ ਇੱਕ ਰਿਕਵੈਸਟ ਹੈ ਵੀਰੇਰਾ ਕੋਲੇ ਇੰਨਾ ਕੰਮ ਲੈ ਕੇ ਆਉਣਾ ਕਿ ਹੁਣ ਕੁਛ ਕੁ ਟਾਈਮ ਨੂੰ ਵੀਰੇ ਤੁਹਾਨੂੰ ਰੈਸਟੋਰੈਂਟ 'ਚ ਮਿਲੇ ਤੇ ਲੋਕ ਮੈਂ ਬਣਾ ਕੇ ਜਾਵਾਂ ਜਰੂਰ ਮਿਲਾਵਾਂਗਾ ਜਦੋਂ ਰੈਸਟੋਰੈਂਟ ਹੋਇਆ ਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਕਹਿ ਦਊਂ ਵੀ ਇੱਕ ਵਾਰੀ ਜਰੂਰ ਆ ਕੇ ਨਾ ਵੀਰੇ ਨੂੰ ਮੌਕਾ ਦਿਓ ਤੇ ਮੈਂ ਟੇਸਟ ਹੀ ਹੋਪ ਕਰਦਾ ਕਿ ਟੇਸਟ ਵਧੀਆ ਹੋਊਗਾ ਵੀਰੇਰਾ ਦਾ ਤੇ ਬਾਕੀ ਇੱਕ ਪ੍ਰੋਮਿਸ ਮੈਂ ਤੁਹਾਡੇ ਨਾਲ ਔਨ ਕੈਮਰਾ ਕਰ ਰਿਹਾ ਕਿ ਵੀਰੇ ਨੇ ਜਿਸ ਰੈਸਟੋਰੈਂਟ ਖੋਲ ਲਿਆ ਉਹਨੂੰ ਮੈਂ ਜਾ ਕੇ ਬਲੌਗ ਬਣਾ ਕੇ ਆਉਂਗਾ ਠੀਕ ਹੈ ਨਾ ਵੀਰੇ ਓਕੇ ਓਕੇ ਥੈਂਕ ਯੂ ਸੋ ਲੋ ਜੀ ਦੇਖ ਲਓ ਆਪਣੀ ਚਾਪ ਲੱਗਦੀ ਪਈ ਆ ਵੀਰੇ ਚਾਪ ਦੇ ਉੱਪਰ ਵੀ ਹੁਣ ਕੁਝ ਕਰੋਗੇ ਹਾਂਜੀ ਹਾਂਜੀ ਇਹਦੇ ਦੇਸੀ ਘੀ ਦਾ ਤੜਕਾ ਲਾਵਾਂਗੇ ਚਾਪ ਨੂੰ ਹਾਂਜੀ ਵਾਹ ਵੀ ਵਾਹ ਬੜਾ ਵੀਰੇ ਚਾਪ ਦਾ ਤਾਂ ਯਾਰ ਪਹਿਲੀ ਵਾਰੀ ਦੇਖ ਰਿਹਾ ਜਿਹੜੀ ਜੀ ਤੁਸੀਂ ਬਣਾ ਰਹੇ ਹੋ ਹਾਂ ਸਾਡਾ ਕੰਮ ਦੇਸੀ ਘੀ ਵਾਲਾ ਕੰਮ ਆ ਅੱਛਾ ਦੇਸੀ ਘੀ ਹੋਣਾ ਪਾਉਂਦੇ ਹੋ ਚਾਪ ਠੀਕ ਹੈ ਸਾਰਾ ਬਰਗਰ ਵਰਗਾ ਸਾਰਾ ਦੇਸੀ ਘੀ ਨਾਲ ਹੀ ਬਣਦੀ ਆ ਬਰਗਰ ਵੀ ਸਾਡਾ ਦੇਸੀ ਘੀ ਨਾਲ ਹੁੰਦੀ ਆ ਬਰਗਰ ਵੀ ਦੇਸੀ ਘੀ ਹੋ ਜੀ ਹਾਂ ਹਾਂ ਮੱਖਣ ਮਲਾਈ धनिया पुदीना की चटनी सारा कुछ आप ही आप हाथों बनाने ਸਰਵ ਵੀ ਤੁਸੀਂ ਆਪ ਹੀ ਕਰਦੇ ਸਾਰੇ ਹਾਂਜੀ 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 ਠੀਕ ਹੈ ਠੀਕ ਹੈ ਤਾਂ ਲੋ ਜੀ ਆ ਲੱਗ ਰਿਹਾ ਆਪਣਾ ਤੜਕਾ ਤੇ ਕਲਰ ਵਾਈਜ਼ ਗੱਲ ਕਰਾਂ ਨਾ ਕਲਰ ਦਾ ਜਿਆ ਬਹੁਤ ਸੋਹਣਾ ਉੱਤੇ ਆਇਆ ਵਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੋਰ ਵੀ ਕਸਟਮਰ ਕਾਫੀ ਆ ਗਏ ਇੱਥੇ ਵੇਟ ਕਰਕੇ ਨਹੀਂ ਬੋਲੋ ਨਹੀਂ ਬੋਲੋ ਸਰ ਨਹੀਂ ਬੋਲੋ ਸੋ ਲੋ ਜੀ ਆ ਗਈ ਚਾਪ ਆਪਣੀ ਅੰਦਰ ਤੇ ਵੀਰੇ ਹੁਣ ਤਾਂ ਇਹਦਾ ਹੋਰ ਥੋੜਾ ਸਪਾਈਸੀ ਫਲੇਵਰ ਉੱਠੂਗਾ ਨਾ ਹਾਂਜੀ ਹਾਂਜੀ ਹੋਰ ਵਧੀਆ ਜਿਹਾ ਕ੍ਰੀਮ ਪਾਵਾਂਗੇ ਕ੍ਰੀਮ ਪਾਇਆ ਨਹੀਂ ਹਲੇ ਅਮੂਲ ਦਾ ਉੱਪਰ ਕ੍ਰੀਮ ਵੀ ਪਾਉਂਗੇ ਹਾਂਜੀ ਅਮੂਲ ਦਾ ਕ੍ਰੀਮ ਪਾਊਗਾ ਮੇਨ ਅੱਡਾ ਮੇਨ ਅੱਡਾ ਸਖਦੇਵ ਦੀ ਸ਼ੋਰੂਮ ਦੇ ਠੀਕ ਹੈ ਜੀ ਹਾਂਜੀ ਸੋ ਲੋ ਜੀ ਹੋਰ ਕਰੀਮ ਮੈਂ ਕਿਹਾ ਬਹੁਤ ਹੈ ਵੀਰੇ ਕਰੀਮ ਅੱਜ ਤਾਂ ਵੀਰੇ ਨੇ ਪੂਰਾ ਵੱਟ ਕੱਢਤੇ ਕਰੀਮ ਵਾਲੇ ਤੇ ਮੈਨੂੰ ਲੱਗਦਾ ਜੀ ਇੱਕ ਇੱਕ ਪਲੇਟ ਲੈ ਲਈ ਕਿਸੇ ਨੇ ਤੇ ਮੈਨੂੰ ਲੱਗਦਾ ਦੋ ਚਾਰ ਇਹਨਾਂ ਨੂੰ ਖਾਣ ਦੇ ਆਰਾਮ 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 ਆਰਾਮ
ਇੱਕ ਪਲੇਟ ਦੋ ਬੰਦਿਆਂ ਦਾ ਆਰਾਮ ਖਾ ਸਕਦੇ ਠੀਕ ਹੈ ਵੀਰੇ ਠੀਕ ਹੈ ਸੋ ਲੋ ਜੀ ਹੁਣ ਆਪਣੀ ਹੋ ਰਹੀ ਹੈ ਪਲੇਟ ਦੀ ਪ੍ਰੀਪਰੇਸ਼ਨ ਲਓ ਜੀ ਕਰ ਲਓ ਜੀ ਕੁਆਂਟੀਟੀ ਵੀ ਅਸੀਂ 150 ਦੇ ਹਿਸਾਬ ਨਾਲ ਪੂਰੀ ਦਿੰਦੇ ਗਾ 150 ਰੁਪਏ ਦਾ ਵੇਚਦੇ ਵੀਰੇ ਮੈਨੂੰ ਲੱਗਦਾ ਜੇ ਇਹਨੂੰ ਦੋ ਪਲੇਟਾਂ ਕਰਕੇ ਵੀ ਸੇਲ ਕਰ ਦੋ ਤਾਂ ਵੀ ਤੁਹਾਡੀ ਵਧੀਆ ਸੇਲ ਹੋਊਗੀ ਹਾਂ ਜਾਂ ਜਾਂ ਤੇ ਸਿਰਫ 150 ਰੁਪਏ ਦੇ ਵਿੱਚ ਬੜਾ ਵਧੀਆ ਦੇ ਨਾਲ ਵੀਰੇ ਇਹਦੇ ਕੀ ਸਰਵ ਕਰੋਗੇ ਸੌਸਿਸ ਵਗੈਰਾ ਜਾਂ ਹਾਂ ਜੀ ਹਾਂ ਜੀ ਚਟਨੀ ਦਹੀਂ ਬਰ ਜੀ ਆਪਣੇ ਮੋਮੋਸ ਤੇ ਚਾਹ ਲੱਗ ਚੁੱਕੀ ਆ ਤੁਸੀਂ ਦੇਖ ਲਓ ਤੇ ਸਟਾਰਟ ਆਪਾਂ ਮੋਮੋਸ ਤੋਂ ਕਰਦੇ ਹਾਂ ਲੋ ਜੀ ਵੈਜੀਟੇਬਲ ਦੇਖ ਲਓ ਤੁਸੀਂ ਕਿੰਨੀਆਂ ਭਰ ਕੇ ਲੱਗ ਰਹੀਆਂ ਨੇ ਚਲੋ ਜੀ ਹੁਣ ਆਪਾਂ ਵਧਦੇ ਆਂ ਆਪਣੀ ਚਾਹ ਵੱਲ ਤੇ ਚਾਹ ਤੋਂ ਤੁਸੀਂ ਪ੍ਰੀਪਰੇਸ਼ਨ ਤਾਂ ਦੇਖ ਹੀ ਲਈ ਸਾਰਿਆਂ ਨੇ ਵੀ ਕਿੰਨੀ ਵੇਖਣਾ ਹੈ ਨਾ ਕਰੀਮ ਵਗੈਰਾ ਪਾ ਕੇ ਅਮੂਲ ਕਰੀਮ ਪਾ ਕੇ ਵਧੀਆ ਬਣਾਈ ਸੀ ਤੇ ਆ ਲੋ ਹੁਣ ਆਪਾਂ ਨਾ ਇੱਕ ਬਾਈਟ ਲੈਣਾ ਚਾਹ ਦੀ ਤੇ ਮੈਨੂੰ ਚਾਹ ਪਿਆ ਲੁੱਕ ਵਾਈਜ਼ ਤਾਂ ਬਹੁਤ ਜਮੀ ਲੱਗ ਰਹੀ ਹੈ ਲਓ ਜੀ ਕਰੀਮ ਦਾ ਇੰਨਾ ਵਧੀਆ ਫਲੇਵਰ ਆ ਰਿਹਾ ਯਾਰ ਜਿਹੜਾ ਵੀਰ ਨੇ ਸੌਸ ਬਣਾਈ ਆਪਾਂ ਪਾਈਆਂ ਸੀ ਨਾ ਹਰੀ ਜੀ ਤੇ ਧਨੀਏ ਵਾਲੀ ਉਹ ਬਹੁਤ ਫਲੇਵਰ ਉੱਤ ਰਿਹਾ ਯਾਰ ਇਸ ਤੇ काजू पाया होया मगज पाया होया हरी चटनी ਤਾਂ ਮੈਨੂੰ ਕੋਈ ਦੱਸਣ ਦੀ ਮਿਲਦਾ ਲੋੜ ਹੈ ਨਹੀਂ ਜੀ ਤੇ ਸਾਰੀ ਥੱਲੀ ਦਾ ਆਪਣੀ ਜਦੋਂ ਵੀਰੇ ਨੇ ਰੈਡੀ ਕੀਤੀ ਸੀ ਮੇਰੇ ਤੋਂ ਉਦੀ ਹੋ ਗਈ ਸੀ ਤੇ ਫੂਡ ਬੜਾ ਵਧੀਆ ਯਾਰ ਵੀਰੇ ਦਾ ਤੇ ਵੀਰੇ ਜਿਵੇਂ ਟਾਈਮਿੰਗ ਦੀ ਗੱਲ ਨਾ ਟਾਈਮਿੰਗ ਕੀ ਰਹਿੰਦੀ ਆ ਟਾਈਮਿੰਗ ਸਵੇਰੇ 11 ਵਜੇ ਤੋਂ ਸ਼ਾਮ ਰਾਤ 9 ਵਜੇ ਤੱਕ ਅੱਛਾ ਰਾਤੀ 9 ਵਜੇ ਤੱਕ ਹੁੰਦੀ ਹੈ ਹਾਂਜੀ ਤੇ ਇਹ ਮੇਨ ਬਦਨੀ ਦਾ ਅੱਡਾ ਹੀ ਪੈਂਦਾ ਹੈ ਹਾਂ ਮੇਨ ਬਦਨੀ ਬੱਸ ਸਟੈਂਡ ਮੋਗੇ ਬੱਸ ਸਟੈਂਡ ਦੇ ਨੇੜੇ ਮੋਗੇ ਬੱਸ ਸਟੈਂਡ ਦੇ ਠੀਕ ਹੈ ਜੀ ਤੇ ਸੋ ਲੋ ਗਏ ਹੁਣ ਜੇ ਤੁਸੀਂ ਵੀ ਇਹ ਏਰੀਆ ਜਾ ਰਹੇ ਹੋ ਬਰਨਾਲਾ ਤੋਂ ਮੋਗਾ ਜਾ ਰਹੇ ਹੋ ਤੇ ਬਦਨੀ ਵਿੱਚ ਤੁਸੀਂ ਲੰਘ ਰਹੇ ਹੋ ਤਾਂ ਮੈਂ ਕਹਿੰਦਾ ਇੱਕ ਵਾਰੀ ਵੀਰਾਂ ਕੋਲੇ ਬ੍ਰੇਕ ਜ਼ਰੂਰ ਲਾਓ ਤੇ ਵੀਰਾਂ ਨੇ ਆਪਾਂ ਪ੍ਰੋਮਿਸ ਕੀਤਾ ਵਾ ਵੀ ਡਿਜੀਟਲ ਰੇਡੀ ਨੂੰ ਆਪਾਂ ਡਿਰੈਕਟਮੈਂਟ ਬਦਲਣਾ ਵਾ ਤੇ ਉਹ ਹੁਣ ਆਪਾਂ ਜਲਦੀ ਪੂਰਾ ਕੀਤਾ ਜਾਵੇ ਤੇ ਸੋਹਣੇ ਸੋਚ ਕਰਾਂ ਤੁਹਾਨੂੰ ਸਾਡੇ ਇਹਦੇ ਵਿੱਚ ਵਧੀਆ ਲੱਗੇ ਜੇ ਵਧੀਆ ਲੱਗੇ ਲਾਈਕ ਕਰਕੇ ਜ਼ਰੂਰ ਕਰ ਦਿਓ ਜਿਹਨੇ ਚੈਨਲ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਇਦਾਂ ਦਾ ਜਿਵੇਂ ਵੀਰਾਂ ਨੇ ਇੱਕ ਡਿਫਰੈਂਟ ਚੀਜ਼ ਬਣਾਈ ਹੋਈ ਯੂਨੀਕ ਆਈਟਮ ਆ ਉਹ ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਹੀ ਹਾਂ ਮਿਲਦਾ ਹੁਣ ਕਿਸੇ ਨਵੀਂ ਜਗ੍ਹਾ ਤੇ ਨਵੇਂ ਵਲੋਗ ਨਾਲ ਤਾਂ ਵੀ ਬਾਏ ਬਾਏ ਟੇਕ ਕੇਅਰ ਏਵਰੀਵਨ।